ਕੀ ਹੋਇਆ ਬਹਿਬਲ ਕਲਾਂ ਤੇ ਬਰਗਾੜੀ ਦੇ ਵਿੱਚ? ਭੁੱਲ ਗਏ ਆਪਾਂ ਇੰਨੀ ਜਲਦੀ? ਗੁਰੂ ਗ੍ਰੰਥ ਸਾਹਿਬ ਦੇ ਪੰਨੇ ਫਾੜ ਕੇ ਆਪਣੇ ਗੰਦੇ ਨਾਲੀਆਂ ਦੇ ਵਿੱਚ ਵਗੈਰਾ ਸਿੱਟੇ ਹੋਏ ਸੀ ਪਿੰਡਾਂ ਦੇ ਵਿੱਚ। ਕਿਹਨੇ ਕਰਵਾਇਆ ਔਰ ਕਿਉਂ ਕਰਾਇਆ? ਮੈਂ ਦੱਸਦਾ ਤੁਹਾਨੂੰ ਕਿਉਂ। ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੇ ਪੰਜਾਬ ਦੇ ਵਿੱਚ ਹਾਲਾਤ ਇੰਨੇ ਮਾੜੇ ਹੋ ਗਏ ਸੀ, ਸੜਕਾਂ ਦੇ ਉੱਪਰ ਲੋਕ ਆ ਗਏ, ਰੇਲਵੇ ਲਾਈਨਾਂ ਤੇ ਕਿਸਾਨ ਆ ਗਏ, ਔਰ ਇਹ ਲੋਕਾਂ ਦਾ ਰੁੱਖ ਮਨ ਦਾ ਸੋਚ ਬਦਲਣਾ ਚਾਹੁੰਦਾ ਸੀ, ਔਰ ਇਹਨੇ ਜਾ ਕੇ ਇਹ ਪੰਨੇ ਪੜਵਾਤੇ। ਜਿਹੜਾ ਸਿੱਖ ਹੋ ਸਕਦਾ ਕਦੇ ਇਹ ਸੋਚ ਵੀ ਸਕਦਾ ਹੈ? ਪਤਾ ਨਹੀਂ ਕਿੱਧਰ ਦਾ ਸਿੱਖ ਬਣਿਆ ਹੋਇਆ ਹੈ। ਔਰ ਦੂਜੇ ਪਾਸੇ ਜਦੋਂ ਉੱਥੇ ਕੋਈ ਕੀਰਤਨ ਕਰ ਰਿਹਾ ਸੀ, ਸੜਕ ਦੇ ਉੱਪਰ ਬੈਠੇ ਬੀਬੀਆਂ ਸਾਡੀਆਂ ਔਰ ਸਾਡੇ ਬਜ਼ੁਰਗ ਔਰ ਸਾਡੇ ਬੱਚੇ, ਪੁਲਿਸ ਨੂੰ ਭੇਜ ਕੇ ਗੋਲੀਆਂ ਦੇ ਅੰਦਰ ਧੁੰਦ ਫਾਇਰ ਕਰਾਤਾ, 40 ਬੰਦੇ ਜ਼ਖਮੀ ਕੀਤੇ, 2 ਮਾਰਤੇ, 2 ਬੱਚਿਆਂ ਦੀ ਰੀੜ ਦੀ ਹੱਡੀ ਦੇ ਵਿੱਚ ਦੀ ਗੋਲੀ ਲੰਘੀ, ਟੰਗਾਂ ਨਹੀਂ ਉਹਨਾਂ ਦੀ ਚੱਲਦੀਆਂ। ਇੱਕ ਬਜ਼ੁਰਗ ਮੈਂ ਦੇਖਿਆ, ਉਹਦੇ ਅੱਧਾ ਹੱਥ ਉੜਿਆ ਪਿਆ ਸੀ, ਇੱਕ ਦੇ ਇੱਥੇ ਮੱਥੇ ਤੋਂ ਕੱਟਦੀ ਹੋਈ ਚਲੀ ਗਈ ਗੋਲੀ। ਇਹ ਕਿੱਥੇ ਇਹ ਇਹਨਾਂ ਨੇ ਕਰਾਇਆ? ਹੁਣ ਕਹਿੰਦਾ ਮੈਂ CBI ਦੀ ਜਾਂਚ ਕਰਾਊਂਗਾ। CBI ਦੀ ਜਾਂਚ ਦੀ ਕੀ ਲੋੜ ਹੈ? ਸਾਨੂੰ ਹੀ ਪੁੱਛਣਾ ਸੀ, ਦੱਸਾਂਗੇ ਤੈਨੂੰ ਕਿਹਨੇ ਕਰਾਇਆ। ਤੂੰ ਕਰਾਇਆ, ਤੂੰ ਗੁਰੂ ਗ੍ਰੰਥ ਸਾਹਿਬ ਹੀ ਫੜਵਾਇਆ, ਔਰ ਤੂੰ ਇੱਥੇ ਗੋਲੀਆਂ ਦਾ ਹੁਕਮ ਵੀ ਤੂੰ ਹੀ ਦਿੱਤਾ ਹੈ, ਔਰ ਇਹਦੀ ਇਨਕੁਆਇਰੀ ਮੈਂ ਕਰੂੰਗਾ। ਪਤਾ ਨਹੀਂ 2 ਸਾਲ 'ਚ ਬਚੂਗਾ ਜਾਂ ਨਹੀਂ, ਪਰ ਅਗਰ ਹੈ ਇਸ ਦੁਨੀਆ ਤਾਂ ਇਹਦਾ ਬਦਲਾ ਮੈਂ ਲਊ ਜਿਨ੍ਹਾਂ ਨੂੰ ਇਹਨਾਂ ਨੇ ਕਦਮ ਕੀਤਾ ਹੈ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।